ਥਾਇਰਾਇਡ ਨਾਲ ਰਿਲੇਟਡ ਪ੍ਰੋਬਲਮ, ਸਭ ਤੋਂ ਜ਼ਿਆਦਾ ਕਾਮਨ ਪ੍ਰੋਬਲਮ ਹਾਈਪੋਥਾਇਰਾਇਡ ਦੀਆਂ, ਜਿਵੇਂ ਮੋਟਾਪਾ, ਡਰਾਈ ਸਕਿਨ, ਪੀਰੀਅਡਸ ਦਾ ਇਰੈਗੂਲਰ ਹੋਣਾ, ਥਾਇਰਾਇਡ ਨਾਲ ਰਿਲੇਟਡ ਪ੍ਰੋਬਲਮਸ ਕਾਫੀ ਵੱਧ ਰਹੀਆਂ ਹੈਗੀਆਂ ਨੇ। ਥਾਇਰਾਇਡ ਗਲੈਂਡ ਆਪਣੇ ਗਲੇ ਵਿੱਚ ਹੁੰਦੀ ਹੈ ਔਰ ਇਹਦਾ ਕੰਟਰੋਲ ਜਿਹੜਾ ਉਹ ਬ੍ਰੇਨ 'ਚ ਹੁੰਦਾ ਹੈਗਾ। ਉੱਥੇ ਪਿਚਟਰੀ ਗਲੈਂਡ ਹੁੰਦੀ ਹੈ ਜਿਹੜੀ ਕਿ ਟੀ ਐਸ ਐਚ ਹਾਰਮੋਨ ਸਕ੍ਰੀਟ ਕਰਦੀ ਹੈ ਔਰ ਥਾਇਰਾਇਡ ਗਲੈਂਡ ਜਿਹੜਾ ਹੈਗਾ ਉਹ T3 ਔਰ T4 ਹਾਰਮੋਨ ਪ੍ਰੋਡਿਊਸ ਕਰਦਾ ਹੈਗਾ ਔਰ ਉਹਦੇ ਨਾਲ ਸਾਡੇ ਬੋਡੀ ਦੀਆਂ ਕਾਫੀ ਜ਼ਿਆਦਾ ਫੰਕਸ਼ਨਸ ਰੈਗੂਲੇਟ ਹੁੰਦੀਆਂ ਨੇ। ਸਭ ਤੋਂ ਜ਼ਿਆਦਾ ਕਾਮਨ ਪ੍ਰੋਬਲਮ ਹਾਈਪੋਥਾਇਰਾਇਡ ਦੀ ਹੈ, ਜਿਹਦੇ ਵਿੱਚ ਥਾਇਰਾਇਡ ਦੇ ਹਾਰਮੋਨਸ ਘੱਟ ਜਾਂਦੇ ਹੈਗੇ ਨੇ ਔਰ ਉਹਦੇ ਨਾਲ ਮੋਟਾਪਾ, ਡਰਾਈ ਸਕਿਨ, ਪੀਰੀਅਡਸ ਦਾ ਇਰੈਗੂਲਰ ਹੋਣਾ। ਆਮ ਤੌਰ 'ਤੇ ਦੇਖਣ ਵਿੱਚ ਆਇਆ ਹੈ ਕਿ ਜਿਹੜੀ ਹਾਈਪੋਥਾਇਰਾਇਡ ਦੀ ਪ੍ਰੋਬਲਮ ਹੈਗੀ ਆ ਇਹ ਸਾਡੀ ਫੀਮੇਲ ਪਾਪੂਲੇਸ਼ਨ ਵਿੱਚ ਜ਼ਿਆਦਾ ਹੈਗੀ ਹੈ ਔਰ ਡਿਊਰਿੰਗ ਪ੍ਰੈਗਨੈਂਸੀ ਵੀ ਕਈ ਵਾਰ ਹਾਈਪੋਥਾਇਰਾਇਡ ਡਿਟੈਕਟ ਹੋ ਜਾਂਦਾ ਹੈਗਾ। ਸੋ ਕਾਫੀ ਇਸ ਤਰ੍ਹਾਂ ਦੀਆਂ ਅਲਾਮਤਾਂ ਆਉਂਦੀਆਂ ਨੇ ਔਰ ਇਹਦਾ ਸਿੰਪਲ ਇਲਾਜ ਹੈਗਾ ਕਿ ਅਸੀਂ ਸਵੇਰੇ ਜਿੰਨਾ ਵੀ ਥਾਇਰਾਇਡ ਆਪਣਾ ਘੱਟ ਹੈਗਾ ਉਹਨੂੰ ਆਪਾਂ ਐਡ ਕਰਕੇ ਇੱਕ ਟੇਬਲੇਟ ਸੁਬਾਹ ਖਾਲੀ ਪੇਟ ਖਾਣੀ। ਸੈਕਿੰਡ ਕਾਮਨ ਪ੍ਰੋਬਲਮ ਹੈਗੀ ਹਾਈਪਰ ਥਾਇਰਾਇਡ, ਜਿਹਦੇ ਵਿੱਚ ਥਾਇਰਾਇਡ ਗਲੈਂਡ ਜਿਹੜਾ ਹੈਗਾ ਹੈ T3 T4 ਦੇ ਲੈਵਲ ਵੱਧ ਜਾਂਦੇ ਨੇ ਔਰ TSH ਦੇ ਲੈਵਲ ਘੱਟ ਜਾਂਦੇ ਨੇ ਔਰ ਇਹਦੇ ਵਿੱਚ ਟ੍ਰੈਮਰਸ, ਘਬਰਾਹਟ ਔਰ ਵੇਟ ਲੋਸ ਹੁੰਦਾ ਹੈਗਾ ਔਰ ਇਹਦਾ ਵੀ ਇਲਾਜ ਇੱਕ ਗੋਲੀ ਜਾਂ ਦੋ ਗੋਲੀਆਂ ਦਿਹਾੜੀ ਦੀਆਂ ਖਾਣੀਆਂ ਹੁੰਦੀਆਂ। ਥਾਇਰਾਇਡਾਈਟਸ ਇੱਕ ਹੋਰ ਚੀਜ਼ ਹੈਗੀ ਜਿਹਦੇ ਨਾਲ ਪੇਸ਼ੈਂਟ ਨੂੰ ਬੁਖਾਰ ਵੀ ਹੋ ਸਕਦਾ ਔਰ ਹਾਈਪੋ ਜਾਂ ਹਾਈਪਰ ਥਾਇਰਾਇਡ ਦੋਵਾਂ 'ਚੋਂ ਕੋਈ ਵੀ ਅਲਾਮਤ ਹੋ ਸਕਦੀ। ਔਰ ਇੱਕ ਚੀਜ਼ ਕਈ ਵਾਰ ਨੋਡਿਊਲ ਗਿਲਟੀ ਇੱਕ ਥਾਇਰਾਇਡ ਦੇ ਵਿੱਚ ਆ ਜਾਂਦੀ ਹੈਗੀ ਹੈ ਜਿਹਦਾ ਕਿ ਕਈ ਵਾਰ ਪਤਾ ਵੀ ਨਹੀਂ ਚੱਲਦਾ ਹੈਗਾ ਔਰ ਇਹ ਗਿਲਟੀ ਜਿਹੜੀ ਹੈ ਇਹਨੂੰ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਅੱਗੇ ਜਾ ਕੇ ਕੈਂਸਰ ਦੀ ਸ਼ੇਪ ਲੈ ਸਕਦੀ ਹੈ। ਸੋ ਬ੍ਰੋਡਲੀ ਸਾਨੂੰ ਆਪਣੇ ਥਾਇਰਾਇਡ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਔਰ ਆਫ ਐਂਡ ਆਨ ਇਹਦੇ ਰਿਲੇਟਡ ਟੈਸਟ ਕਰਾ ਲੈਣੇ ਚਾਹੀਦੇ। ਜੋ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈਗਾ ਹੈ ਸਾਈਨਸ ਐਂਡ ਸਿਮਟਮਸ ਹਾਈਪੋਥਾਇਰਾਇਡ, ਹਾਈਪਰਥਾਇਰਾਇਡ ਜਾਂ ਥਾਇਰਾਇਡਾਈਟਸ ਦੇ, ਜੇ ਤੁਹਾਨੂੰ ਇਹਨਾਂ 'ਚੋਂ ਕੋਈ ਵੀ ਚੀਜ਼ ਜਾਂ ਕੋਈ ਵੀ ਸਿਮਟਮ ਲੱਗਦਾ ਹੈਗਾ ਤਾਂ ਆਪਣੇ ਲੋਕਲ ਫਿਜ਼ੀਸ਼ੀਅਨ ਨੂੰ ਦਿਖਾਓ ਔਰ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰੋ ਤਾਂ ਕਿ ਟਾਈਮਲੀ ਇਹਦਾ ਡਾਇਗਨੋਸ ਹੋ ਸਕੇ ਔਰ ਇਹਦਾ ਇਲਾਜ ਸ਼ੁਰੂ ਹੋ ਸਕੇ। ਅਗਰ ਤੁਹਾਨੂੰ ਇਹਨਾਂ ਅਲਾਮਤਾਂ 'ਚੋਂ ਜਾਂ ਇਹਨਾਂ 'ਚੋਂ ਕੋਈ ਸਿਮਟਮ ਵੀ ਹੈਗਾ ਹੈ ਤਾਂ ਤੁਸੀਂ ਸਾਡੇ ਕੋਲ ਅਮਨਦੀਪ ਮੈਡੀਸਿਟੀ 12 ਤੋਂ ਲੈ ਕੇ 2 ਵਜੇ ਤੱਕ ਔਰ ਅਮਨਦੀਪ GT ਰੋਡ ਵਿੱਚ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਕਿਸੇ ਵੀ ਦਿਨ ਆ ਕੇ ਆਪਣੇ ਆਪ ਨੂੰ ਦਿਖਾ ਸਕਦੇ ਜੇ, ਆਪਣਾ ਡਾਇਗਨੋਸ ਕਰਵਾ ਸਕਦੇ ਜੇ, ਆਪਣਾ ਇਲਾਜ ਸ਼ੁਰੂ ਕਰਵਾ ਸਕਦੇ।